ਅਸੀਂ ਥੋੜਾ ਜਿਹਾ ਹੋਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵਾਟ ਆਰ ਦਾ ਮੇਜਰ ਬੇਸਿਸ ਆਫ ਡਿਫਰੈਂਸ ਬਿਟਵੀਨ ਬੋਥ ਦਾ ਕਨਸੈਪਟ। ਤਾਂ ਅਸੀਂ ਇਸ ਨੂੰ ਜਿਹੜਾ ਹੈ ਸਮਝਾਂਗੇ ਕਿ ਇਹ ਅਸੈਸਮੈਂਟ ਆਫ ਲਰਨਿੰਗ ਐਂਡ ਫਾਰ ਲਰਨਿੰਗ ਦੇ ਵਿੱਚ ਜਿਹੜੇ ਮੇਜਰ ਅਸੀਂ ਕੰਸਰਨਸ ਨੇ ਉਹਨਾਂ ਨੂੰ ਦੇਖਦੇ ਹਾਂ। ਪਹਿਲਾਂ ਅਸੀਂ ਦੇਖਦੇ ਹਾਂ ਕਿ ਨੇਚਰ ਦੇ ਤੌਰ 'ਤੇ ਜੇਕਰ ਅਸੀਂ ਦੇਖਣਾ ਹੋਵੇ ਤਾਂ ਇਹ ਵਨ ਟਾਈਮ ਟਾਸਕ ਹੈ ਆਫ ਲਰਨਿੰਗ, ਪਹਿਲਾਂ ਵੀ ਕਿਹਾ ਸੀਗਾ ਵਨ ਟਾਈਮ ਟਾਸਕ ਹੈ, ਐਟ ਅ ਪਰਟੀਕੁਲਰ ਸਟੇਜ ਦੇ ਉੱਪਰ ਹੀ ਕੀਤੀ ਜਾਏਗੀ। ਜਿਵੇਂ ਤੁਹਾਡਾ ਸਮੈਸਟਰ ਹੈ ਤਾਂ ਸਮੈਸਟਰ ਦੇ ਕੰਪਲੀਸ਼ਨ 'ਤੇ ਹੀ ਕੀਤੀ ਜਾਏਗੀ, ਇਨ ਬਿਟਵੀਨ ਦੇਰ ਇਜ਼ ਨੋ ਪੋਸੀਬਿਲਿਟੀ ਆਫ ਕੰਡਕਟ ਆਫ ਦੈਟ ਆਫ ਲਰਨਿੰਗ ਮੈਜ਼ਰਮੈਂਟ। ਠੀਕ ਹੈ, ਸਮਝ ਆ ਗਈ ਗੱਲ? ਔਰ ਅਗਲੀ ਹੈ ਅਸੈਸਮੈਂਟ ਫਾਰ ਲਰਨਿੰਗ। ਫਾਰ ਲਰਨਿੰਗ ਦੇ ਵਿੱਚ ਕੰਟੀਨਿਊਅਸ ਹੈ ਪ੍ਰੋਸੈਸ ਔਰ ਇਹ ਫੋਰਮੇਟਿਵ ਹੈ, ਸੁਮੇਟਿਵ ਨਹੀਂ ਹੈ। ਇੱਕ ਟਾਈਮ 'ਤੇ ਨਹੀਂ ਕੀਤੀ ਜਾਂਦੀ, ਅਸੀਂ ਫੋਰਮੇਟਿਵ ਕਰਦੇ ਹਾਂ ਮਤਲਬ ਜਦੋਂ ਅਸੀਂ ਨੰਬਰ ਆਫ ਟਾਈਮ ਈਵੈਂਟਸ ਜਾਂ ਡਾਟਾ ਕਲੈਕਟ ਕਰਦੇ ਹਾਂ ਤਾਂ ਉਸਨੂੰ ਜੋੜ ਕੇ ਜਦੋਂ ਫੋਰਮੇਟ ਕਰਦੇ ਹਾਂ ਬਣਾਉਂਦੇ ਹਾਂ ਫਿਰ ਫੋਰਮੇਟਿਵ ਬਣਦੀ ਹੈ। ਔਰ ਇੱਕ ਤਾਂ ਇੱਕ ਨੰਬਰ ਆਫ ਟਾਈਮ ਕਰਦੇ ਹਾਂ ਮਤਲਬ ਐੱਫ ਏ ਵਨ, ਐੱਫ ਏ ਟੂ, ਐੱਫ ਏ ਥ੍ਰੀ, ਐੱਫ ਏ ਫੋਰ, ਸਮਝ ਗਿਆ ਨੰਬਰ ਆਫ ਟਾਈਮ ਦਾ ਮਤਲਬ? ਸਮਝ ਆ ਗਿਆ? ਯੈਸ ਸਰ। ਹਾਂ, ਦੂਸਰਾ ਇੱਕ ਹੋਰ ਵੀ ਹੈ ਕਿ ਅਸੀਂ ਵੀ ਆਰ ਨੋਟ ਗੋਇੰਗ ਟੂ ਓਨਲੀ ਅਸੈਸ ਦਾ ਵਨ ਪਰਟੀਕੁਲਰ ਪਰਸਨੈਲਿਟੀ ਡੋਮੇਨ, ਦੈਟ ਇਜ਼ ਕਗਨੀਟਿਵ। ਕਗਨੀਟਿਵ ਡੋਮੇਨ ਨੂੰ ਹੀ ਨਹੀਂ, ਇਕੱਲਾ ਬ੍ਰੇਨ ਨੂੰ ਹੀ ਨਹੀਂ ਅਵੈਲੂਏਟ ਕਰਦੇ, ਉਹਦਾ ਲੋਜਿਕ ਰੀਜ਼ਨਿੰਗ ਹੀ ਨਹੀਂ ਕਰਨ ਵਾਲੇ। ਵੀ ਆਰ ਗੋਇੰਗ ਟੂ ਅਸੈਸ ਆਲ ਦਾ ਡੋਮੇਨਸ ਆਫ ਦਾ ਹਿਊਮਨ ਪਰਸਨੈਲਿਟੀ, ਦੈਟ ਇਜ਼ ਅਫੈਕਟਿਵ ਐਂਡ ਸਾਈਕੋਮੋਟਰ, ਜਿਹਨੂੰ ਕਗਨੀਟਿਵ ਡੋਮੇਨ ਆਖਦੇ ਹਾਂ। ਤਾਂ ਅਸੀਂ ਉਹਦੇ ਐਟੀਟਿਊਡਲ ਚੇਂਜ ਨੂੰ ਵੀ ਦੇਖ ਰਹੇ ਹਾਂ, ਅਸੀਂ ਉਸਦੇ ਬਿਹੇਵੀਅਰਲ ਚੇਂਜ ਨੂੰ ਵੀ ਦੇਖ ਰਹੇ ਹਾਂ। ਇਸੇ ਕਾਰਨ ਤੁਹਾਨੂੰ ਪਤਾ ਦੈਟ ਵਾਜ਼ ਰਿਲੇਟਡ ਟੂ ਵਾਟ ਆਰ ਦਾ ਡਿਫਰੈਂਟ ਪੈਰਾਮੀਟਰ ਆਫ ਦਾ ਡਿਫਰੈਂਸ ਆਫ ਟੂ ਡਿਫਰੈਂਟ ਕਨਸੈਪਟ ਆਫ ਅਸੈਸਮੈਂਟ, ਵਨ ਇਜ਼ ਅਸੈਸਮੈਂਟ ਆਫ ਲਰਨਿੰਗ ਐਂਡ ਅਨਦਰ ਇਜ਼ ਅਸੈਸਮੈਂਟ ਫਾਰ ਲਰਨਿੰਗ। ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰ ਰਹੇ ਹੈਗੇ ਹਾਂ ਕਿ ਜਿਹੜਾ ਟਾਈਮ ਆਫ ਯੂਜ਼, ਮਤਲਬ ਵੈਨ ਵੀ ਯੂਜ਼ ਦਿਸ ਪਰਟੀਕੁਲਰ ਟਾਈਪ ਆਫ ਅਸੈਸਮੈਂਟ, ਅਸੈਸਮੈਂਟ ਆਫ ਲਰਨਿੰਗ ਇਜ਼ ਅ ਵਨ ਟਾਈਮ ਟਾਸਕ, ਨੋਰਮਲੀ ਇਟ ਇਜ਼ ਯੂਜ਼ਡ ਐਟ ਦਾ ਐਂਡ ਆਫ ਅ ਪਰਟੀਕੁਲਰ ਪ੍ਰੋਗਰਾਮ, ਯੂਨਿਟ, ਕੋਰਸ ਔਰ ਐਨੀ ਸਟੇਜ। ਤਾਂ ਇਹ ਟਰਮ ਐਂਡ ਇਗਜ਼ਾਮ ਵਾਂਗ ਹੈ ਔਰ ਜਿਹੜਾ ਲਾਸਟ 'ਤੇ ਹੁੰਦਾ ਐਂਡ 'ਤੇ ਹੋਏਗਾ। ਦੂਸਰੀ ਸਾਈਡ ਜਿਹੜੀ ਅਸੀਂ ਗੱਲ ਕਰ ਰਹੇ ਹੈਗੇ ਹਾਂ ਉਹਦੇ ਵਿੱਚ ਅਸੀਂ ਕਹਿੰਦੇ ਹਾਂ ਇਟ ਇਜ਼ ਮੋਰ ਦੈਨ ਵਾਂਸ, ਮਤਲਬ ਵੀ ਆਰ ਗੋਇੰਗ ਟੂ ਐਗਜੀਕਿਊਟ ਦਿਸ ਟਾਈਪ ਆਫ ਅਸੈਸਮੈਂਟ ਫ੍ਰੀਕੁਐਂਟਲੀ ਐਂਡ ਨੰਬਰ ਆਫ ਟਾਈਮ। ਅਸੀਂ ਕੱਲ੍ਹ ਵੀ ਗੱਲ ਕਰ ਰਹੇ ਸੀਗੇ ਕਿ ਇਹ ਜਦੋਂ ਅਸੀਂ ਕਹਿੰਦੇ ਹਾਂ ਕਿ ਇਹ ਕੰਟੀਨਿਊਸ ਹੈ, ਇਹ ਮਲਟੀਪਲ ਹੋਏਗੀ ਔਰ ਮਲਟੀਪਲ ਹੋਣ ਦਾ ਮਤਲਬ ਹੈ ਐੱਫ ਏ ਵਨ, ਐੱਫ ਏ ਟੂ, ਐੱਫ ਏ ਥ੍ਰੀ, ਐੱਫ ਏ ਫੋਰ, ਐੱਸ ਏ ਵਨ, ਐੱਸ ਏ ਟੂ ਵਾਂਗ ਇਹ ਮਲਟੀ ਟਾਈਮ ਹੋਏਗੀ ਔਰ ਨਾਲ ਦੀ ਨਾਲ ਮਲਟੀ ਡਿਮੈਂਸ਼ਨਲ ਵੀ ਹੋਣ ਵਾਲੀ ਹੈ। ਅਸੀਂ ਸਿਰਫ ਕਗਨੀਟਿਵ ਡੋਮੇਨ ਨੂੰ ਹੀ ਅਸੈਸ ਨਹੀਂ ਕਰਨ ਵਾਲੇ, ਵੀ ਆਰ ਗੋਇੰਗ ਟੂ ਟੇਕ ਦਾ ਆਬਜ਼ਰਵੇਸ਼ਨ ਆਫ ਦਾ ਬਿਹੇਵੀਅਰ ਆਫ ਦਾ ਚਾਈਲਡ ਐਜ਼ ਵੈਲ ਐਜ਼ ਵੀ ਆਰ ਗੋਇੰਗ ਟੂ ਮੋਨੀਟਰ ਦਾ ਸਕਿੱਲਸ। ਸਕਿੱਲ ਵੀ ਅਸੀਂ ਦੇਖਣ ਵਾਲੇ ਹਾਂ ਬੱਚਾ ਕਿੰਨੀ ਗੇਨ ਕਰ ਰਿਹਾ। ਅਸੀਂ ਸਿਰਫ ਪੜ੍ਹਾ ਹੀ ਨਹੀਂ ਰਹੇ, ਅਸੀਂ ਇਹ ਵੀ ਚੈੱਕ ਕਰਾਂਗੇ ਕਿ ਉਹਦੀ ਲਰਨ ਰੀਡਿੰਗ, ਰਾਈਟਿੰਗ, ਅਰਥਮੈਟਿਕ ਸਕਿੱਲਸ ਕਿੰਨੀਆਂ ਜਿਹੜੀਆਂ ਨੇ ਉਹ ਇੰਪਰੂਵ ਹੋ ਰਹੀਆਂ ਨੇ ਔਰ ਕਿੰਨੀਆਂ ਉਹਨਾਂ 'ਚ ਬੈਟਰਮੈਂਟ ਆ ਰਹੀ ਹੈ, ਉਹਦਾ ਸੋਸ਼ਲ ਐਟੀਕੇਟਸ ਕਿੰਨੇ ਰਿਫਾਈਨ ਹੋ ਰਹੇ ਆ, ਉਹਦੀ ਪਰਸਨੈਲਿਟੀ ਰਿਫਾਈਨਮੈਂਟ ਕਿੰਨੀ ਅੱਛੀ ਹੈ, ਉਸਦੀ ਕਮਿਊਨੀਕੇਸ਼ਨ ਕਿੰਨੀ ਬੈਟਰ ਹੋ ਰਹੀ ਹੈ, ਉਸਦਾ ਪ੍ਰੈਜੈਂਟੇਸ਼ਨ ਜਿਹੜਾ ਹੈ ਜਾਂ ਇਗਜ਼ਾਮ ਰਾਈਟਿੰਗ ਸਕਿੱਲ ਹੈ ਉਹ ਕਿੰਨੀ ਬੈਟਰ ਹੋਈ ਹੈ, ਉਸਦੀ ਅਸਥੈਟਿਕਨੈਸ ਇੰਪਰੂਵ ਹੋਈ ਹੈ ਕਿ ਨਹੀਂ ਹੋਈ ਹੈ, ਉਸਦਾ ਕਗਨੀਟਿਵ, ਉਸਦਾ ਰੀਜ਼ਨਿੰਗ, ਉਸਦਾ ਲੌਜਿਕ ਇੰਪਰੂਵ ਹੋਇਆ ਕਿ ਨਹੀਂ ਹੋਇਆ। ਤਾਂ ਅਸੀਂ ਇਹ ਸਾਰਾ ਕੁਝ ਦੇਖਣਾ ਹੈ। ਸੋ ਜਿਹੜੀ ਫਾਰ ਲਰਨਿੰਗ ਹੈ ਇਹ ਮੈਨੀ ਟਾਈਮ ਹੋਏਗੀ ਔਰ ਆਫ ਲਰਨਿੰਗ ਵਨ ਟਾਈਮ ਟਾਸਕ ਹੈ ਔਰ ਉਹ ਪ੍ਰੀ ਫਿਕਸਡ ਹੈ ਔਰ ਨੋਰਮਲੀ ਉਹ ਆਊਟਸਾਈਡ ਏਜੰਸੀ ਵੱਲੋਂ ਹੁੰਦੀ ਹੈ ਜਿਵੇਂ ਤੁਹਾਡੇ ਬੋਰਡ ਇਗਜ਼ਾਮ ਜਾਂ ਯੂਨੀਵਰਸਿਟੀ ਇਗਜ਼ਾਮ ਹੁੰਦੇ ਆ। ਪਰ ਜਿਹੜੀ ਅਸੈਸਮੈਂਟ ਫਾਰ ਲਰਨਿੰਗ ਹੈ ਉਹ ਟੀਚਰ ਵੀ ਕਰਦਾ ਹੈ, ਸੈਲਫ ਵੀ ਹੈ ਔਰ ਪੀਅਰ ਬੇਸਡ ਵੀ ਹੈ। ਤਾਂ ਇਹਦਾ ਮਤਲਬ ਹੈ ਉਹ ਇੰਟਰਨਲ ਪਾਰਟ ਹੈ ਔਰ ਇਹ ਜਿਹੜਾ ਹੈ ਇਹ ਨੋਰਮਲੀ ਅਸੀਂ ਕਹਾਂਗੇ ਐਕਸਟਰਨਲ ਐਗਜ਼ਾਮੀਨੇਸ਼ਨ ਬੇਸਡ ਹੈ। ਅਗਲੀ ਗੱਲ ਹੈ ਟਾਰਗੇਟ। ਟਾਰਗੇਟ ਦਾ ਮਤਲਬ ਹੈ ਕਿ ਜਿਹੜੇ ਟੈਸਟ ਨੇ ਉਹ ਇਹ ਦੇਖਣਾ ਚਾਹੁੰਦੇ ਆ ਕਿ ਵਟ ਇਜ਼ ਵਟ ਟਾਈਪ ਆਫ ਪਰਫੋਰਮੈਂਸ ਔਰ ਵਟ ਟਾਈਪ ਆਫ ਦੈਟ ਐਕਚੁਅਲ ਦੈਟ ਸਟੂਡੈਂਟ ਇਜ਼ ਡੂਇੰਗ ਇਨ ਅ ਪਰਟੀਕੁਲਰ ਦ ਡੋਮੇਨ ਆਫ ਨੌਲੇਜ।
जेकर वह मैथमैटिक्स कर रहा हाउ वैल ही इज़ डूइंग और ही इज परफॉर्मिंग एट अ पुअर लैवल, तो असी यही देखना है और असी उस कैटेगराइज करते हैं दो पार्ट्स के, एक जड़ा है बहुत अच्छा कर रहा, एक जड़ा बहुत पुअर कर रहा। शार ते नलायक दो ही तरह के विद्यार्थियों के साडे कोल कैटेगरी नॉर्मली हैगी है जिहड़ी असी ऑफ लर्निंग ते बेस करते हैं। पर जो असी फार लर्निंग की गल करते हैं इत्थे साडा टारगेट जड़ा है इट इज़ इंप्रूवमेंट टू ब्रिंग द इंप्रूवमेंट इन द बिहेवियर एज वेल एज इन द ओवरऑल परफॉर्मेंस ऑफ द चाइल्ड। ओवरऑल परफॉर्मेंस की जो असी गल करांगे तो सिर्फ कॉग्निशन की गल नहीं करन वाले, असी ये देखन जा रहे हैं कि जेड़ा बच्चा है वो एग्जाम तो अच्छा करे, अकैडमिक परफॉर्मेंस तो उसकी अच्छी होवे ही होवे, नाल नाल उसके सोशल एटिकेट्स रिफाइन होन, उसकी परसनैलिटी ग्रूम करे, उसका बिहेवियर जेड़ा है वह मच्योरिटी वल जाए, उसके डिसीजन जेड़े ने वो मच्योर होन, उसका फेथ जेड़ा है वो रैशनल होवे और उसके जेड़े एटीट्यूड है वो पॉजिटिव होवे ता कि वो लाइफ परफॉर्म जेड़ा है बैटर कर सके। और नाल दी नाल असी स्किल एफिशिएंसी और एफिकेसी की गल करांगे। एफिशिएंसी का मतलब है द स्टूडेंट शुड लर्न दैट परफॉर्म पर्टिकुलर टास्क विद दैट मैक्सिमम एक्यूरेसी, असी ये देखना चाहते हैं कि वो एक्यूरेट काम करे और उसकी एक्यूरेसी ज़्यादा होवे। और नाल नाल एफिकेसी का मतलब है कि उसके जिहड़े रिजल्ट ने वो अगे नालों बैटर होंदे जाण, तां असी ये सारा कुछ चैक करना है। और इस करके असी ये सारा कुछ दे वास्ते जिहड़ियां रीडिंग लैने आ वो फार लर्निंग च लैनियां ने। और वो रीडिंग दा एम भी ये है कि स्टूडेंट नूं इनफॉर्म करना है वट आर हिज और हर स्ट्रेंथ एंड वीक एरिया, तो ये असी ये देखने वाले हाँ और यही साडा एम ये टारगेट जिहड़ा है वो होएगा या टारगेट एरिया ही रहेगा। अगली गल जी ये असी करने वाले हाँ वो है रिलेटेड टू वाई टू असैस, वाई वी हैव नीड टू एग्जीक्यूट, सानू इसकी जरूरत क्यों रहती है। पहली गल जी असी करते हैं ऑफ लर्निंग की वो है कि वी वांट टू मेक अ पब्लिक स्टेटमेंट, असी पब्लिकली एक डेक्लरेशन देना चाहते हाँ कि आफ्टर कंप्लीशन ऑफ अ पर्टिकुलर कोर्स एट वट लैवल स्टूडेंट इज परफॉर्मिंग, तो वो रिपोर्ट असी ज़्यादातर स्टेक होल्डरस दिने पेरेंट्स नूं देण वाले आ, स्टूडेंट नूं देण वाले आ, हायर एडुकेशनल इंस्टीट्यूट्स नूं देण वाले आ, जां कोई इंप्लायर है जिहड़ा कोई जिहड़ा है प्लेसमेंट लई आएगा कैंपस च, असीं उस नूं ऑफर करन वाले हाँ। जदों कि जिहड़ा असैसमेंट फार लर्निंग है उहदा एम टोटली डिफरेंट है, असीं स्टूडेंट नूं इनवैसटीगेट इसलिए करते हैं बिकॉज अवर एम इज़ टू नाउ अबाउट द वीकनेस एंड स्ट्रेंथ ऑफ द स्टूडेंट्स, असी स्टूडेंट नूं जानना चाहते हाँ वह किन्ना अच्छा कर सकता है, किहड़े एरियाज़ उहदे स्ट्रोंग ने, किहड़े एरियाज़ मडी एरियाज़ ने, मडी एरिया मतलब वेयर देयर इज़ अ कन्फ्यूजन अबाउट, कई बार कोई पर्टिकुलर हुंदा जिवें कि किसी की अलजबरा बहुत अच्छा हुंदा, किसी की जिहड़ी है जमैट्री बहुत बुरी हुंदी है, किसी का एलगोरिदम बहुत बुरा हुंदा है, किसी का कोई पर्टिकुलर एरिया जिहड़ा है उहदे विचों जिवें थरैटिकल पोर्शन है थीरम जिहड़ियां ने उहनां च अच्छा नहीं कर पाउंदा, कोई ट्रिग्नोमैट्री च अच्छा नहीं कर पाउंदा, तां वट आर द मडी एरियाज़ असी जानना चाहते हाँ बच्चे दे वो किहड़े ने, तां और फिर असी जिहड़ी हैगी है गैप्स जिहड़े ने वाई देयर इज़ द गैप, जब मडी एरिया का मतलब हुंदा कि स्टूडेंट दे फंडामेंट्स उस एरिए दे क्लीयर नहीं है, तां वो गैप्स जिहड़े ने वो असी उसदे जिहड़े आइडेंटिफाई करने हैं, और स्टूडेंट की सैल्फ और जिहड़े उहदे पीयर की परसैप्शन है उहदे बारे उस नूं भी असी जिहड़े प्री कंसैप्ट्स ने जां कंसैप्शनस ने उहनां नूं ब्रेक करना है तां कि असी उस नूं हैल्प कर सकीए इंप्रूव करन लई, तां इह है वाई टू असैस। अगे है टूल की होणगे, टूल की गल जदों असी करदे हां तां असी कहिंदे हां कि ऑफ लर्निंग का जिहड़ा टूल है वह एक एग्जाम है जां क्लास टैसट है जां जिहड़ा है आउटसाइड एजेंसी का जिहड़ा टैसट है वो है, पर जिहड़ा जिहड़ी असैसमेंट है तुहानू पता तुहाडी असैसमेंट जिहड़ी है तुहाडे प्रोजेक्ट वर्क ते भी लगती है, तुहाडे सैशनल वर्क ते भी लगती है, जिहड़ियां तुसीं क्लासरूम प्रेजेंटेशन दिंदे हो उहदे ते भी लगती है, क्लासरूम पार्टिसिपेशन की भी हुंदी है, तुहाडे बिहेवियर की भी होएगी, तुहाडियां CCA की भी असैसमेंट होएगी, तुहाडा जिहड़ा है तुसीं स्पोर्ट्स डे पार्टिसिपेट किया कि नहीं उहदी भी होएगी, तां इहदा मतलब है जिहड़ी
असैसमेंट फॉर लर्निंग है वो बहुत वास्ट एरिया कवर करता है और वो टूल्स भी मल्टीपल टूल्स आर देयर। असी अकैडमिक डोमेन लई डिफरेंट टूल यूज करते हैं, स्टूडेंट बिहेवियर लई बिहेवियरल असैसमेंट टूल जिहड़े ने उन्हां नूं यूज किया जाता है, स्टूडेंट दी स्किल चैक करने लई उहदी कंस्ट्रक्टिविस्ट अप्रोच जिहड़ी है उस नूं असी यूज करते हैं ता कि असी उहदे टूल जिहड़े ने उन्हां दा बेनीफिट लै सकीए। तां जिहड़ा इहदा पैक है इहदे विच तीनों डोमेन लई सैपरेट टूल जिहड़े ने उह होणगे और इस कारण इत्थे साडे कोल मल्टीपल टूल अवेलेबल रहिंदे आ। अगला है एरिया ऑफ थ्रस्ट। एरिया ऑफ थ्रस्ट का मतलब है कि असी जानना की चाहते हाँ, साडा एम की है, असी कहिंदे चैक करना चाहते हाँ ब्रॉड रेंज, असी बच्चे नूं एक इंटरवल च फिक्स करना है ता कि असी उस दे आने वाले फ्यूचर के डिसीजन जिहड़े ने उन्हां नूं लै सकीए। एक रेंज कि वह 90% स्कोर करता है असी कहण वाले हाँ मैडिकल रखा दिओ, वो 70-80% करता है असी कहण वाले हाँ नॉन मैडिकल रखा दिओ इंजीनियरिंग करवा दिओ, जां असी जिहड़ा है 60-70% की रेंज असी कहण वाले हाँ कमर्स रखा दिओ जां इस नूं जिहड़ी है किसी मैनेजमेंट स्टडीज पा दिओ। जे वो 60 तो बिलो स्कोर करता है तो फिर असी कहने कि तुसी इहनूं ह्यूमैनिटीज़ जिहड़ी है उहदे विच, असी उहदा रेंज स्कोर जिहड़ा है वह डिसाइड करना है। दूसरे पासे है कि असी जिहड़ा है स्टूडेंट जिहड़ा है उसकी लर्निंग अपरचुनिटीज़ क्रिएट करनियां ने, जेकर उसकी जिहड़ियां स्किल जिवें असी कल गल कर रहे सीगे कि उहदे जिहड़े मड़ी एरियाज़ ने उहनां नूं आइडेंटिफाई करदे हां कि वह अल्फाबैट मैल का ग्रुप का परसन है जो वर्ड ग्रुप का परसन है, सेंटेंस ग्रुप का है, स्टोरी ग्रुप का है, तो पैरा ग्रुप का है, तो जिस भी एरिया असी उस लर्निंग अपरचुनिटीज़ पैदा करनी है ताकि वह रेमडियल उन्हों कोचिंग दे के असी उस हैल्प करने वाले हाँ ताकि प्रोग्रेस कर सके और वो अपनी पेस के अकॉर्डिंग काम करते हुए अपनी जी है ग्रोथ जी है अपनी प्रोग्रेस जी है उसनों अटेन कर सके। अगली गल जी है कि रोल टीचर का की रोल रहता है। टीचर जिहड़ा है असी कहने कि स्टूडेंट नालों जिहड़ा ऑफ लर्निंग टीचर का रोल इस करके ज़्यादा रहता है कि टीचर ने उसनू ग्रेड करना है, ठीक है, और जो कि दूसरे पासे असी कहने कि टीचर का रोल जिहड़ा है वो थोड़ा सपोर्टिव हो गया वो विद स्टूडेंट सिटिंग असाइड द स्टूडेंट, इहदा मतलब है वो हैल्पर है पर वो स्किल्ड है और वो मच्योर है, वो स्टूडेंट नू जिथे कोई उहदा मड़ी जोन आएगा जिथे उहदा ग्रे एरिया आएगा वो उत्थे हैल्पिंग हैंड प्रोवाइड करन वाला है टू ओवरकम दैट प्रॉब्लम। तां इहदा मतलब है इत्थे वो रेटिंग करन वाला नहीं है, वो ग्रेडर नहीं है, वो रेटर नहीं है, इत्थे वो हैल्पर है जिहड़ा उसदा उसनू असिस्ट करन वाला है टू ओवरकम द वीकनेस ऑफ अ पर्टिकुलर एरिया ऑफ डोमेन। ठीक है भाई, गल समझ आ रही की कह रहे हैं? यस सर। हां जिथे कोई कंफ्यूजन होवे तां क्वेश्चन जरूर करना। अगली गल है कि आउटकम्स। आउटकम्स दी जदों असीं गल करदे हां तां असीं कहने हां कि जनरली जिहड़ा आउटकम्स आंदियां ने ਉਹ ਇੱਕ ਆਫ ਲਰਨਿੰਗ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਉਹ ਇੱਕ ਤਰ੍ਹਾਂ ਨਾਲ ਸਰਟੀਫਿਕੇਟ ਹੋਏਗਾ, ਠੀਕ ਹੈ, ਜਿਹੜਾ ਇੰਡੀਕੇਟ ਕਰੇਗਾ ਅਬਾਊਟ ਦਾ ਮਾਸਟਰੀ ਆਫ ਅ ਪਰਟੀਕੁਲਰ ਕਨਸੈਪਟ ਔਰ ਦੈਟ ਲੈਕ ਆਫ ਐਨੀ ਮਾਸਟਰੀ। ਤਾਂ ਇਹਦਾ ਮਤਲਬ ਉਹ ਰੇਂਜ ਕੀ ਕਰਨ ਵਾਲਾ ਹੈ, ਉਹ ਬੱਚੇ ਦੇ ਸਕੋਰ ਦੇ ਅਕੋਰਡਿੰਗ ਉਸ ਨੂੰ ਉਸਦੀ ਸਕਿੱਲ ਐਫੀਸ਼ੀਐਂਸੀ ਜਾਂ ਉਸਦੀ ਨੌਲੇਜ ਡਿਗਰੀ ਜਿਹੜੀ ਹੈ ਉਸ ਨੂੰ ਮੈਜ਼ਰ ਕਰਨ ਵਾਲਾ ਹੈ। ਤਾਂ ਇੱਥੇ ਸਾਡੇ ਕੋਲ ਪ੍ਰੋਡਕਟ ਇੱਕ ਸਰਟੀਫਿਕੇਟ ਆਏਗਾ, ਇੱਕ ਡਿਗਰੀ ਆਏਗੀ। ਜਦੋਂ ਕਿ ਅਸੀਂ ਇੱਧਰ ਦੇਖਦੇ ਹਾਂ ਇੱਥੇ ਬਹੁਤ ਸਾਰੀ ਇਨਫੋਰਮੇਸ਼ਨ ਆਉਂਦੀ ਹੈ, ਇੱਥੇ ਸਿਰਫ ਬੱਚੇ ਦੇ ਸਕੋਰ ਹੀ ਨਹੀਂ ਆਉਂਦੇ, ਅਸੀਂ ਉਸ ਦੀਆਂ ਵੈਲਿਊ ਸੈੱਟ ਨੂੰ ਵੀ ਦੇਖਦੇ ਹਾਂ, ਕਿੰਨਾ ਇਮਾਨਦਾਰ ਹੈ, ਕਿੰਨਾ ਇਨੀਸ਼ੀਏਟਿਵ ਲੈਂਦਾ ਹੈ, ਕਿੰਨਾ ਡਿਸੀਜ਼ਨ ਬੋਲਡ ਹੈ, ਫਰਮ ਡਿਸੀਜ਼ਨਸ ਨੇ ਉਸਦੇ, ਕਿੰਨਾ ਉਹ ਕੋਪਰੇਟਿਵ ਹੈ, ਕਿੰਨਾ ਪੋਜ਼ਿਟਿਵ ਐਟੀਟਿਊਡ ਦਾ ਹੈ, ਕਿੰਨਾ ਹਾਰਡ ਵਰਕਰ ਹੈ। ਇਹਦਾ ਮਤਲਬ ਹੈ ਬੱਚੇ ਨੂੰ ਅਸੀਂ ਵੇਵ ਕਰ ਰਹੇ ਹਾਂ, ਅਸੀਂ ਉਸਦੇ ਸੈਲਫ ਨੂੰ ਅਵੈਲੂਏਟ ਕਰ ਰਹੇ ਹਾਂ। ਤਾਂ ਇੱਥੇ ਸਕੋਰ ਨਾਲ ਕੰਮ ਨਹੀਂ ਚੱਲਣ ਵਾਲਾ, ਇੱਥੇ ਅਸੀਂ ਉਹਦੀਆਂ ਰੇਟਿੰਗਸ ਵੀ ਲੈ ਰਹੇ ਹਾਂ ਔਰ ਨਾਲ ਨਾਲ ਫਿਰ ਅਸੀਂ ਉਸਦੀ ਜਿਹੜੀ ਹੈ ਬੇਸਿਕ
ਸਕਿੱਲਸ ਨੇ, ਐਫੀਸ਼ੀਐਂਸੀ ਉਸਦੀ, ਐਸਥੈਟਿਕਨੈਸ ਉਸਦੀ, ਐਫੀਕੇਸੀ ਉਸਦਾ, ਲੌਜਿਕ ਉਸਦਾ, ਰੀਜ਼ਨਿੰਗ, ਅਸੀਂ ਉਸ ਬਾਰੇ ਵੀ ਜਿਹੜਾ ਹੈ ਆਈਡੀਆ ਲੈ ਰਹੇ ਹਾਂ। ਔਰ ਸਟੂਡੈਂਟ ਜਿਹੜਾ ਹੈ ਅਸੀਂ ਉਸਨੂੰ ਇਹ ਡਿਸਾਈਡ ਕਰਨ 'ਚ ਜਿਹੜਾ ਹੈ ਬੇਸ ਪ੍ਰੋਵਾਈਡ ਕਰਦੇ ਹਾਂ ਕਿ ਉਹ ਆਪਣੀਆਂ ਜਿਹੜੇ ਵੀਕ ਏਰੀਆ ਨੇ ਉਹਨਾਂ ਨੂੰ ਬੈਟਰ ਕਿਵੇਂ ਕਰਕੇ ਅੱਗੇ ਇੰਪਰੂਵ ਕਰ ਸਕਦਾ ਹੈ। ਔਰ ਇੱਥੇ ਜਿਹੜੀ ਹੈ ਫੀਡਬੈਕ ਜਿਹੜੀ ਹੈ ਉਹ ਸਟੂਡੈਂਟ ਲਈ ਹੈ, ਇਹ ਡਿਸਾਈਡ ਕਰਨ ਦੇ ਲਈ ਕਿ ਇੱਕ ਤਾਂ ਉਹ ਕਿਸ ਗਰੁੱਪ ਦਾ ਹੈ। ਜੇਕਰ ਉਹ ਜਿਵੇਂ ਕਿਹਾ ਸੀ ਕਿ ਉਹ ਅਲਫਾਬੈਟ ਗਰੁੱਪ ਦਾ ਹੀ ਹੈ ਤਾਂ ਉਸਨੂੰ ਅਗਲੇ ਚਾਰ ਗਰੁੱਪਸ ਕਿਵੇਂ ਕਵਰ ਕਰਾਉਣੇ ਹੈ। ਇੱਕ ਇਹ ਕਿ ਤੁਸੀਂ ਉਸਦੀਆਂ ਉਸ ਲਈ ਇੰਸਟਰਕਸ਼ਨਲ ਸਟ੍ਰੈਟੇਜੀ ਜਿਹੜਾ ਅਲਫਾਬੈਟ 'ਤੇ ਹੀ ਹਲੇ ਬੈਠਾ ਹੋਇਆ ਹੈ ਔਰ ਉਹ ਅੱਗੇ ਗਰੋ ਨਹੀਂ ਕਰ ਪਾਇਆ, ਇਹਦਾ ਮਤਲਬ ਹੈ ਉਹਨਾਂ ਨੂੰ ਸਪੈਸ਼ਲ ਟਾਈਪ ਆਫ ਸਟ੍ਰੈਟੇਜੀ ਦੀ ਜ਼ਰੂਰਤ ਹੋਏਗੀ। ਉਹ ਨੋਰਮਲ ਮੈਥਡ ਨਾਲ ਪੜ੍ਹਨ ਵਾਲੇ ਨਹੀਂ ਹੈ ਔਰ ਉਹਦੇ ਨਾਲ ਉਹ ਪਰਫੋਰਮੈਂਸ ਜਿਹੜੀ ਹੈ ਇੰਪਰੂਵ ਕਰਨ ਵਾਲੇ ਨਹੀਂ ਹੈ। ਉਹਨਾਂ ਨੂੰ ਸਪੈਸ਼ਲ ਟਾਸਕ ਜਿਹੜਾ ਹੈ ਦੇਣਾ ਪਏਗਾ, ਸਪੈਸ਼ਲ ਟਾਈਪ ਆਫ ਡਰਿਲ ਸਟ੍ਰੈਟੇਜੀ ਸਾਨੂੰ ਫੋਲੋ ਕਰਨੀਆਂ ਪੈਣਗੀਆਂ ਤਾਂ ਕਿ ਅਸੀਂ ਉਹਨਾਂ ਨੂੰ ਬੈਟਰ ਸਿਖਾ ਸਕੀਏ। ਅਗਲੀ ਗੱਲ ਹੈ ਕਿ ਅਸੀਂ ਉਹਨਾਂ ਲਈ ਰਿਸੋਰਸਿਸ ਵੀ ਸੈਪਰੇਟ ਨੇ, ਜਿਵੇਂ ਕਹਿੰਦੇ ਕਿ ਕਲਾਸਰੂਮ ਜਿਹੜਾ ਗਿਫਟਡ ਹੈ ਜੇ ਉਸ ਲਈ ਕੋਈ ਚੈਲੇਂਜਿੰਗ ਕੁਐਸਚਨ ਨਹੀਂ ਹੈ ਤਾਂ ਜਾਂ ਉਹਦੇ ਲਈ ਐਕਸਟਰਾ ਜਿਹੜਾ ਕੰਟੈਂਟ ਨਹੀਂ ਹੈ ਤਾਂ ਉਹ ਤੁਹਾਡੇ ਨਾਲ ਚੱਲਣ ਵਾਲਾ ਨਹੀਂ ਹੈ, ਉਹ ਤੁਹਾਨੂੰ ਇਗਨੋਰ ਕਰਨਾ ਸ਼ੁਰੂ ਕਰੇਗਾ, ਉਹ ਤੁਹਾਨੂੰ ਲੋਅ ਰੇਟ ਕਰਨਾ ਸ਼ੁਰੂ ਕਰੇਗਾ। ਬੀਇੰਗ ਟੀਚਰ ਤੁਹਾਡੇ ਲਈ ਸਰਵਾਈਵਲ ਪੋਸੀਬਲ ਨਹੀਂ ਹੈ ਤਾਂ ਤੁਹਾਨੂੰ ਰਿਸੋਰਸਿਸ ਵੀ ਦੇਖਣੇ ਹੈ। ਤੁਹਾਨੂੰ ਤਿੰਨ ਤਰ੍ਹਾਂ ਦੇ ਰਿਸੋਰਸਿਸ ਦੇਣੇ ਹੈ, ਇੱਕ ਤਾਂ ਜਿਹੜਾ ਹੈ ਐਵਰੇਜ ਕਲਾਸ ਲਈ ਰਿਸੋਰਸਿਸ ਦੇਣਾ ਹੈ, ਇੱਕ ਸਿੰਪਲੀਫਾਈ ਦੇਣਾ ਜਿਹਦੇ ਨਾਲ ਜਿਹੜਾ ਸਲੋ ਲਰਨਰ ਹੈ ਉਹ ਥਿਨ ਲਾਈਨ 'ਤੇ ਸਰਵਾਈਵ ਕਰ ਜਾਵੇ, ਔਰ ਇੱਕ ਅਸੀਂ ਗਿਫਟਡ ਲਈ ਦੇਣਾ ਹੈ ਜਿਹੜਾ ਕਿ ਐਕਸਟਰਾ ਹੋਵੇ ਕੰਟੈਂਟ ਤਾਂ ਕਿ ਉਹ ਬੱਚਾ ਜਿਹੜਾ ਹੈ ਜੇ ਐਫ ਪੜ੍ਹਨਾ ਚਾਹੇ ਐਕਸਟਰਾ ਤਾਂ ਉਹ ਪੜ੍ਹ ਸਕੇ। ਤਾਂ ਸਾਨੂੰ ਰਿਸੋਰਸਿਸ ਵੀ ਬਦਲਣੇ ਪੈਣਗੇ ਅਕੋਰਡਿੰਗ ਟੂ ਜਿਹੜਾ ਹੈ ਉਹਦਾ। ਅੱਗੇ ਹੈ ਕਿ ਟੀਚਰ ਪਰਸੈਪਸ਼ਨ ਦੀ ਗੱਲ ਕਰੀਏ ਤਾਂ ਟੀਚਰ ਜਿਹੜਾ ਹੈ ਔਫ ਲਰਨਿੰਗ ਦੇ ਵਿੱਚ ਤਾਂ ਅਸੀਂ ਕਹਿੰਦੇ ਹਾਂ ਕਿ ਰੈਂਕ ਦੇਣਾ ਹੈ, ਫਸਟ ਕੌਣ ਆਇਆ, ਸੈਕਿੰਡ ਕੌਣ ਆਇਆ, ਥਰਡ ਕੌਣ ਆਇਆ, ਕਲਾਸ ਦੀ ਰੇਟਿੰਗ ਕਰਨ ਵਾਲੇ ਹਾਂ ਅਸੀਂ, ਅਸੀਂ ਸਟੂਡੈਂਟ ਨੂੰ ਡੈਜੀਗਨੇਟ ਕਰਨ ਵਾਲੇ ਹਾਂ ਪੋਜੀਸ਼ਨਸ, ਠੀਕ ਹੈ, ਅਸੀਂ ਉਸਦਾ ਜਿਹੜਾ ਹੈ ਅਚੀਵਮੈਂਟ ਦਾ ਉਹਦਾ ਇੱਕ ਵੋਲੀਅਮ ਰਿਕਾਰਡ ਬਣਾਉਣ ਵਾਲੇ ਹਾਂ, ਰੈਕਰਡ ਤਿਆਰ ਕਰਨ ਵਾਲੇ ਹਾਂ, ਉਸਦੇ ਸਰਟੀਫਿਕੇਟਸ ਜਿਹੜੇ ਨੇ ਉਹ ਬਣਾਉਣ ਵਾਲੇ, ਉਸਦੀ ਗ੍ਰੇਡਿੰਗ ਜਿਹੜੀ ਹੈ ਉਹ ਕਰਨੀ ਹੈ। ਤਾਂ ਟੀਚਰ ਨੇ ਸਿਰਫ ਇੰਨਾ ਹੀ ਕੰਮ ਮੰਨ ਰਿਹਾ ਕਿ ਟੀਚਰ ਦਾ ਕੰਮ ਇਹ ਹੁੰਦਾ ਕਿ ਪੜ੍ਹਾ ਦੇਣਾ ਔਰ ਉਸ ਤੋਂ ਬਾਅਦ ਉਹਦੀ ਰੇਟਿੰਗ ਕਰ ਦੇਣੀ ਕਿੰਨੇ ਕਿੰਨਾ ਅਟੇਨ ਕਰ ਲਿਆ। ਜਦੋਂ ਕਿ ਔਫ ਲਰਨਿੰਗ ਤੋਂ ਬਾਅਦ ਜਦੋਂ ਫਾਰ ਲਰਨਿੰਗ 'ਚ ਆਉਂਦੇ ਹਾਂ ਤਾਂ ਇੱਥੇ ਜਿਹੜਾ ਸਟ੍ਰੈਟੇਜੀ ਹੈ ਇਹ ਟੋਟਲੀ ਡਿਫਰੈਂਟ ਹੈ। ਇੱਥੇ ਅਸੀਂ ਉਹਨੂੰ ਰੇਟ ਨਹੀਂ ਕਰ ਰਹੇ, ਆਵਰ ਪਰਪਸ, ਆਵਰ ਏਮ ਐਂਡ ਆਵਰ ਪਰਸੈਪਸ਼ਨ ਇਜ਼ ਟੂ, ਵੀ ਆਰ ਅਸਿਸਟੈਂਟ, ਵੀ ਆਰ ਹੈਲਪਰ, ਵੀ ਆਰ ਗਾਈਡ ਐਂਡ ਫਰੈਂਡ ਆਫ ਦਾ ਸਟੂਡੈਂਟ ਟੂ ਅਸਿਸਟ ਹਿਮ ਔਰ ਹਰ ਟੂ ਇੰਪਰੂਵ ਦੇਅਰ ਪਰਫੋਰਮੈਂਸ। ਤਾਂ ਅਸੀਂ ਉਸਨੂੰ ਵੀ ਵਾਂਟ ਟੂ ਸਟ੍ਰੈਚ ਦੈਟ ਸਟੂਡੈਂਟ ਅਪ ਟੂ ਹਿਜ਼ ਮੈਕਸੀਮਮ ਪੋਟੈਂਸ਼ੀਅਲ, ਅਸੀਂ ਉਸਨੂੰ ਬੈਟਰ ਕਰਨਾ ਹੈ ਉਸ ਲੈਵਲ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਤੱਕ ਉਸਦੇ ਪੋਟੈਂਸ਼ੀਅਲ ਅਲਾਓ ਕਰਦਾ ਹੈ, ਜਿੱਥੇ ਤੱਕ ਉਸਦਾ ਮੈਂਟਲੀ ਜਿਹੜਾ ਹੈ ਏਜ ਪਲੱਸ ਉਹਦਾ ਜਿਹੜਾ ਹੈ ਆਈ ਕਿਊ ਲੈਵਲ ਅਲਾਓ ਕਰਦਾ ਹੈ, ਜਿੱਥੇ ਤੱਕ ਉਹਦਾ ਫਿਜੀਕਲ ਸਟਰੈਂਥ ਅਲਾਓ ਕਰਦੀ ਹੈ, ਜਿੱਥੇ ਤੱਕ ਉਹਦਾ ਜਿਹੜਾ ਹੈ ਕੈਲੀਬਰ ਅਲਾਓ ਕਰਦਾ ਹੈ ਅਸੀਂ ਉੱਥੇ ਤੱਕ ਲੈ ਕੇ ਜਾਣਾ ਹੈ। ਜੇਕਰ ਸਟੂਡੈਂਟ ਪ੍ਰੈਜੈਂਟਲੀ ਲੋਅ ਪਰਫੋਰਮ ਕਰ ਰਿਹਾ ਹੈ ਅਸੀਂ ਉਹ ਕਾਰਨ ਟਰੇਸ ਕਰਨੇ ਹੈ, ਅਸੈਸਮੈਂਟ ਦਾ ਏਮ ਇਹ ਹੈ ਕਿ ਅਸੀਂ ਕਾਰਨ ਟਰੇਸ ਕਰਨੇ ਆ ਔਰ ਉਹਨਾਂ ਨੂੰ ਰਿਮੂਵ ਕਰਨਾ ਹੈ, ਉਹ ਬਰੀਅਰ ਦੂਰ ਕਰਨ ਤੋਂ ਬਾਅਦ ਅਸੀਂ ਉਸ ਲਈ ਬੈਟਰ ਕਰ ਪਾਵਾਂਗੇ। ਤਾਂ ਇਸ ਤਰ੍ਹਾਂ ਨਾਲ ਅਸੀਂ ਦੇਖਦੇ ਹਾਂ ਕਿ ਜਿਹੜਾ ਅਸੈਸਮੈਂਟ ਫਾਰ ਲਰਨਿੰਗ ਅਤੇ ਔਫ ਲਰਨਿੰਗ ਦਾ ਰੋਲ ਹੈ ਇਹ ਅਸੀਂ ਕਲੀਅਰ ਦੇਖ ਲਿਆ। ਕੋਈ ਕੁਐਸਚਨ ਹੈ ਇਹਦੇ ਬਾਰੇ ਤਾਂ ਪੁੱਛ ਸਕਦੇ ਹੋ, ਇਹ ਛੋਟਾ ਕੁਐਸਚਨ ਵੀ ਆ ਸਕਦਾ ਹੈ 2 ਨੰਬਰ ਦਾ, ਡਿਫਾਈਨ ਵਟ ਇਜ ਅਸੈਸਮੈਂਟ ਫਾਰ ਲਰਨਿੰਗ, ਇਹ ਵੀ ਆ ਸਕਦਾ ਡਿਫਾਈਨ ਵਟ ਇਜ ਔਫ ਲਰਨਿੰਗ, ਇਹ ਕੁਐਸਚਨ ਤੁਹਾਨੂੰ ਡਿਟੇਲਡ ਵੀ ਆ ਸਕਦਾ ਹੈ ਕਿ ਡਿਫਾਈਨ ਫਾਰ ਐਂਡ ਔਫ ਲਰਨਿੰਗ ਐਂਡ ਡਿਸਕਸ ਦੇਅਰ ਪੈਰਾਮੀਟਰ ਆਫ ਡਿਫਰੈਂਸ। ਤਾਂ ਇਹ ਇਸ ਤਰ੍ਹਾਂ ਨਾਲ ਇੱਕ 8 ਨੰਬਰ ਦਾ ਜਿਹੜਾ ਕੁਐਸਚਨ ਹੈ ਪਹਿਲੇ ਯੂਨਿਟ ਦਾ, ਪਹਿਲੇ ਪਾਰਟ ਦਾ, ਉਹ ਅਸੀਂ ਇਹਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੋਈ ਚੀਜ਼ ਸਮਝ ਨਾ ਆਈ ਹੋਵੇ ਜਾਂ ਕੋਈ ਕਨਫਿਊਜ਼ਨ ਹੋਵੇ ਉਹ ਪੁੱਛ ਸਕਦੇ ਹੋ, ਫਿਰ ਆਪਾਂ ਨਹੀਂ ਕਰਕੇ ਚੱਲਾਂਗੇ। ਲੱਗੇ ਸਮਝ